ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਤਕਾਲੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕੋਤਵਾਲੀ ਦੀ ਇਤਿਹਾਸਕ ਇਮਾਰਤ ਵਿੱਚ ਆਰੰਭ ਕੀਤੇ ਗਏ ਸੰਨ 1947 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ ਹੋਏ ਦੇਸ਼ ਦੇ ਪਹਿਲੇ ਪਾਰਟੀਸ਼ਨ ਮਿਊਜ਼ੀਅਮ ਦਾ ਅੱਜ ਵਿਸਥਾਰ ਉਦਘਾਟਨ ਕਰਕੇ ਦੇਸ਼ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਸਾਲ ਅਕਤੂਬਰ ਵਿੱਚ ਇਸ ਦਾ ਉਦਘਾਟਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਅੱਜ ਦੇ ਇਸ ਸਮਾਗਮ ਵਿੱਚ ਉੱਘੇ ਫਿਲਮ ਸਾਜ਼, ਗੀਤਕਾਰ ਅਤੇ ਸ਼ਾਇਰ ਗੁਲਜ਼ਾਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਭਾਜਪਾ ਦੀ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਲਕਸ਼ਮੀਕਾਂਤਾ ਚਾਵਲਾ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਕੁਝ ਸਮਾਂ ਹੀ ਉੱਥੇ ਰੁਕੇ ਅਤੇ ਬਾਅਦ ਵਿੱਚ ਪਾਰਟੀਸ਼ਨ ਮਿਊਜ਼ੀਅਮ ਦੇ ਉਦਘਾਟਨ ਲਈ ਰੱਖੇ ਗਏ ਸਮਾਗਮ ਲਈ ਰਵਾਨਾ ਹੋ ਗਏ। ਅਸੀਂ ਅੱਜ ਆਏ ਹਾਂ, ਇਹ ਜੋ ਪਾਰਟੀਸ਼ਨ ਮਿਊਜ਼ੀਅਮ ਲੋਰਡ ਦਿਲੇਰੀ ਦਸਾਈ ਨੇ ਇਹ ਸ਼ੁਰੂ ਕੀਤਾ, ਉਹਨੂੰ ਉਹਦਾ ਉਦਘਾਟਨ ਕਰਨ ਲਈ, ਉਹਨੂੰ ਦੇਖਣ ਲਈ ਮੈਂ ਹਾਲੇ ਦੇਖਿਆ ਨਹੀਂ, ਉਹ ਜਾਊਂਗਾ ਦੇਖਣ। ਅਤੇ ਇਹ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਇਤਿਹਾਸ ਦਾ ਕੋਈ ਵਾਕਾ ਹੈ ਉਹ ਹਰ ਵੇਲੇ ਆਪਾਂ ਨੂੰ ਲੋਕਾਂ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਰੱਖਣੀਆਂ ਚਾਹੀਦੀਆਂ ਨੇ। ਤਾਂ ਇਹ ਹੈ ਪਾਰਟੀਸ਼ਨ, ਸਾਡੇ ਬਲਜਿੰਦਰ ਜੀ ਨੇ ਸ਼ੁਰੂ ਕੀਤਾ ਹੈ ਆਜ਼ਾਦੀ ਵਾਲਾ ਜਲੰਧਰ, ਔਰ ਇੱਕ ਹੈ ਜੰਗ ਆਜ਼ਾਦੀ, ਔਰ ਦੂਜਾ ਇੱਕ ਸਾਡਾ ਹੈਰੀਟੇਜ ਹੈ ਅਨੰਦਪੁਰ ਸਾਹਿਬ। ਸੋ ਇਹ ਚੀਜ਼ਾਂ ਦੀ ਲੋੜ ਹੈ ਆਪਣੇ ਨਵੀਂ ਜਨਰੇਸ਼ਨ ਵਾਸਤੇ। ਦੱਸੋ ਹੋਰ ਕੁਛ ਤੁਸੀਂ ਪੁੱਛਣਾ? ਦੱਸੋ ਜੀ ਕਿ ਬ੍ਰਿਟੇਨ ਦੇ ਵਿੱਚ ਔਰ ਦੂਸਰੇ ਕਈ ਮੁਲਕਾਂ ਜੀਵਨ ਪਾਕਿਸਤਾਨ, ਕਾਬੁਲ, ਅਫਗਾਨਿਸਤਾਨ, ਸਾਡੀ ਆਜ਼ਾਦੀ ਨਾਲ ਜੁੜੀਆਂ ਬੜੀਆਂ ਬਹੁਮੁੱਲ ਵਸਤੂਆਂ ਪਈਆਂ। ਪੰਜਾਬ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਨੇ ਵੀ, ਉਸਦੇ ਸਰਕਾਰਾਂ ਨੇ ਕੋਈ ਵੀ ਇਨੀਸ਼ੀਏਟਿਵ ਨਹੀਂ ਲਿਆ। ਆਈ ਥਿੰਕ ਕਈ ਅਪਰੋਚਸ ਹੋਈਆਂ ਨੇ ਵੱਖ ਵੱਖ ਗਵਰਨਮੈਂਟਸ ਤੋਂ, ਸਾਡੇ ਤੋਂ ਪਹਿਲਾਂ ਗਵਰਨਮੈਂਟ ਦੀ ਵੀ, ਉਹਨਾਂ ਤੋਂ ਵੀ ਪਹਿਲਾਂ ਜੋ ਅਸੀਂ ਸੀ, ਔਰ ਉਸ ਤੋਂ ਬਾਅਦ ਸੈਂਟਰਲ ਗਵਰਨਮੈਂਟ ਨੇ ਵੀ। ਬਟ ਕਈ ਮਿਊਜ਼ੀਅਮ 'ਚ ਨੇ, ਜੈਸੇ ਉਰੇ ਦੀ ਅਗਰ ਤੁਸੀਂ ਕਹੋ ਅਸੀਂ ਮਿਊਜ਼ੀਅਮ ਤੋਂ ਕੱਢ ਕੇ ਕੁਝ ਦੇਈਏ, ਅਸੀਂ ਨਹੀਂ ਦੇਵਾਂਗੇ। ਐਸੇ ਹੀ ਉਹਨਾਂ ਦੇ ਮਿਊਜ਼ੀਅਮ ਦੇ ਵਿੱਚ ਗਈਆਂ ਚੀਜ਼ਾਂ ਨੇ ਜਿਹੜੀਆਂ ਉਹ ਇਨਕਾਰ ਕਰਦੇ ਨੇ ਦੇਣ ਤੋਂ, ਪਰ ਜਿਹੜੀ ਕੁਛ ਕਿਸੇ ਪ੍ਰਾਈਵੇਟ ਲੋਕ ਕੋਲ ਪਏ ਨੇ ਜਾਂ ਕੁਛ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਲੰਗਰ ਦੇ ਉੱਤੇ ਤੁਹਾਡੇ ਮਿਨਿਸਟਰ ਜੋ ਹੈ ਮਿਸਿਸ ਸਰਸਿਮਰਤ, ਉਹਨੇ ਹੁਣ ਪਤਾ ਨਹੀਂ ਕਿਹੜਾ ਅਖਬਾਰ ਕੀ, ਨਹੀਂ ਮਾਫ਼ ਹੋ ਸਕਦੀ। ਇੱਕ 'ਚ ਕਿਹਾ ਸਰਕਾਰ ਇਹਨੂੰ ਟੇਕਅਪ ਕਰੇ। ਜੀ ਐੱਸ ਟੀ ਇਜ਼ ਅ ਗਵਰਨਮੈਂਟ ਇਸ਼ੂ, ਸੈਂਟਰਲ ਗਵਰਨਮੈਂਟ ਦਾ ਟੈਕਸ ਹੈ। ਉਹਦੇ ਵਿੱਚ ਜੀ ਐੱਸ ਟੀ ਦਾ ਮਸਲਾ ਅਸੀਂ ਵੀ ਉਠਾਇਆ ਸੀ ਆਈ ਫਾਈਨੈਂਸ ਮਿਨਿਸਟਰ ਨਾਲ, ਲੇਕਿਨ ਇਟ ਇਜ਼ ਉਹਨਾਂ ਨੇ ਆਪਣੇ ਕਰਨ ਤੋਂ ਇਨਕਾਰ ਕਰਤਾ। ਹੁਣ ਇਹ ਜਿਹੜੀ ਹਰਸਿਮਰਤ ਨੇ ਅੱਜ ਕਿਹਾ, ਜੋ ਟ੍ਰਿਬਿਊਨ ਛਪੀ ਹੈ, ਉਹ ਪਤਾ ਕਰੇ, ਉਹ ਜਾਏ, ਉਹਨਾਂ ਦੇ ਵਜ਼ੀਰ ਹੈ, ਉਹ ਪਤਾ ਕਰਕੇ ਆਏ। ਬਿਊਰੋ ਰਿਪੋਰਟ, ਪੰਜਾਬ ਟੂਡੇ।